ਬਲਦੇਵ ਸਿੰਘ ਦੀ ਕਹਾਣੀ ਛੁੱਟੀ ਲੈ ਕੇ ਆ ਜਾ ਮਿੱਤਰਾ ਰਾਤਾਂ ਕਾਲੀਆਂ ਕੱਲੀ ਨੂੰ ਡਰਾਵੇ ਛੁੱਟੀ ਲੈ ਕੇ ਆ ਜਾ ਮਿੱਤਰਾ ਮਿਲਣ ਦੀ ਤਾਂਗ 'ਚ ਤੜਪਦੇ ਹਾਣੀ ਲਈ ਛੁੱਟੀ ਦਾ ਦਿਨ ਸਭ ਤੋਂ ਵੱਧ ਸਤਕਾਰ ਵਾਲਾ ਦਿਨ ਹੁੰਦਾ ਹੈ ਸਕੂਲ 'ਚ ਪੜ੍ਹਦੇ ਬੱਚਿਆਂ ਤੋਂ ਲੈ ਕੇ ਵੱਡੇ ਤੋਂ ਵੱਡੇ ਅਹੁਦੇ ਤੇ ਨੌਕਰੀ ਕਰਦੇ ਮਨੁੱਖ ਲਈ ਵੀ ਇਹ ਦਿਨ ਸਹਿਜ ਹੋਣ ਲਈ ਆਰਾਮ ਕਰਨ ਲਈ ਹੈ ਯਾਰਾਂ ਬੇਲੀਆਂ ਨੂੰ ਮਿਲਣ ਲਈ ਰੱਖਵਾ ਹੁੰਦਾ ਹੈ ਛੁੱਟੀ ਵਾਲੇ ਦਿਨ ਦੀ ਆਪਣੀ ਇੱਕ ਵਿਸ਼ੇਸ਼ ਹੋਣ ਹੈ ਇਹੋ ਜੇ ਵੇਲੇ ਦੇ ਨਾਲ ਹੀ ਡਰਾਈਵਰ ਵੀ ਤੰਗਦੇ ਐ ਸਾਡੇ ਮਨਾਂ 'ਚ ਵੀ ਆਉਂਦਾ ਕੋਈ ਛੁੱਟੀ ਦਾ ਦਿਨ ਮਿਲੇ ਅਸੀਂ ਵੀ ਨਹਾ ਧੋ ਕੇ ਸਾਫ ਸੁਥਰੇ ਕੱਪੜੇ ਪਹਿਨ ਕੇ ਆਮ ਬੰਦਿਆਂ ਵਰਗੇ ਦਿਸੀਏ ਸਾਡਾ ਤਾਂ ਕਿਤਾ ਹੀ 24 ਘੰਟੇ ਦੀ ਨੌਕਰੀ ਦਾ ਐ ਸ਼ਮਸ਼ਾਨ ਘਾਟ ਵਾਂਗ ਸਾਡੇ ਕੈਲੰਡਰ 'ਤੇ ਛੁੱਟੀਆਂ ਦੇ ਦਿਨ ਨਹੀਂ ਹੁੰਦੇ ਫਿਰ ਵੀ ਕਦੇ-ਕਦੇ ਟਰਾਂਸਪੋਰਟਾਂ ਬੰਦ ਹੋਣ ਕਾਰਨ ਕਦੇ ਗੱਡੀ ਖਰਾਬ ਹੋ ਜਾਣ ਕਰਕੇ ਕਦੇ ਕਿਸੇ ਮਰਨੇ ਤੇ ਜਾਣ ਵੇਲੇ ਅਸੀਂ ੱੱਕੇ ਨਾਲ ਵੇਲੇ ਕਰ ਦਿੱਤੇ ਜਾਂਦੇ ਆਂ ਉਦੋਂ ਸਾਡੀ ਚੜ੍ਹਾਈ ਦੇਖਣ ਵਾਲੀ ਹੁੰਦੀ ਹੈ ਘਰ ਵਾਲੀ ਅੰਦਰੋਂ ਬਾਹਰੋਂ ਖਿੜੀ ਹੁੰਦੀ ਹੈ ਬੱਚੇ ਚਾਮਲੇ ਖਾਰੂ ਪਾ ਰਹੇ ਹੁੰਦੇ ਆ ਘਰ ਦੇ ਚੌਂਕੇ 'ਚੋਂ ਮੁਰਗੇ ਜਾਂ ਮੀਟ ਦੇ ਰਜਣ ਦੀ ਖੁਸ਼ਬੂ ਵੇੜੇ 'ਚ ਫੈਲ ਰਹੀ ਹੁੰਦੀ ਹੈ ਉਧਰ ਡਰਾਈਵਰ ਜੇ ਜ਼ਿਆਦਾ ਉਮਰ ਦਾ ਹੈ ਤਾਂ ਪਹਿਲਾਂ ਉਹ ਦਾੜ੍ਹੀ ਰੰਗਦਾ ਹੈ ਕਿਸੇ ਕੋਨੇ 'ਚ ਬੈਠ ਕੇ ਖੱਤ ਕੱਢਦਾ ਨਾ ਧੋ ਕੇ ਸੁਰਮਾ ਪਾ ਕੇ ਹਫ਼ਤੇ ਭਰਦਾ ਮਹੀਨੇ ਦਾ ਮਿੱਟੀ ਘਟਾ ਧੋ ਸੁਟਦਾ ਵੈਸੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਫਿਰ ਸਾਫ਼ ਕੱਪੜੇ ਪਹਿਨ ਕੇ ਪਿੰਡ ਦੀ ਗਲੀ 'ਚ ਜਾਂ ਬਾਜ਼ਾਰ 'ਚ ਘੇੜਾ ਦਿੰਦਾ ਹੈ ਕੋਈ ਯਾਰ ਬੇਲੀ ਲੱਭਦਾ ਹੈ ਲੰਡੇ ਨੂੰ ਕੋਈ ਮੀਣਾ ਅਕਸਰ ਵਾਲ ਭੰਨ ਕੇ ਮਿਲ ਲੈਂਦਾ ਹੈ ਹੁਣ ਛੁੱਟੀ ਨੂੰ ਮਨਾਉਣ ਦਾ ਪ੍ਰੋਗਰਾਮ ਉਲੀਕਿਆ ਜਾਂਦਾ ਹੈ ਤਾਸ਼ ਖੇਡੀ ਜਾਵੇ ਜਾਂ ਠੇਕੇ ਜਾਇਆ ਜਾਏ ਜਾਂ ਕਿਦਰੇ ਕਿਸੇ ਜੂਏ ਦੀ ਟਾਣੀ 'ਚ ਰਲਿਆ ਜਾਏ ਜਾਂ ਕਿਸੇ ਵੈਲਣ ਦੇ ਅੱਡੇ ਤੇ ਐਸ਼ ਕੀਤੀ ਜਾਏ ਰੋਜ਼ ਥੋੜਾ ਹੀ ਕੋਬੇ ਦੀ ਜੰਝ ਚੜਨੀ ਹੈ ਹੁਣ ਦੀ ਛੁੱਟੀ ਕੀਤੀ ਫਿਰ ਬਰੇ ਚ ਮਾਈ ਵਕਤ ਮਿਲਣਾ ਉਹ ਵੀ ਬੇੜੀਆਂ ਦੇ ਪੂਰਤੇ ਤ੍ਰਿੰਜਣ ਦੀਆਂ ਸਹੇਲੀਆਂ ਵਾਂਗ ਯਾਰ ਬੇਲੀਆਂ ਨਾਲ ਮੇਲੇ ਹੋਣਗੇ ਜਾਂ ਨਹੀਂ ਕੀ ਪਤਾ ਇਸ ਲਈ ਅੱਜ ਨੂੰ ਹੀ ਰੱਜ ਕੇ ਮੰਨ ਲਿਆ ਜਾਣਾ ਚਾਹੀਦਾ ਹੈ ਪਿੰਡਾਂ 'ਚ ਜਾਂ ਕਸਬਿਆਂ ਦੀਆਂ ਟਰੱਕ ਯੂਨੀਅਨਾਂ ਵਿੱਚ ਤਾਂ ਡਰਾਈਵਰ ਸਵੇਰੇ ਘਰੋਂ ਆਉਂਦੇ ਐ ਜੇ ਨੰਬਰ ਆ ਗਿਆ ਤਾਂ ਲੋਡ ਕਰਨ ਚਲੇ ਜਾਂਦੇ ਐ ਨਹੀਂ ਤਾਂ ਆਥਣ ਵੇਲੇ ਆਪਣੇ ਆਪਣੇ ਘਰੀ ਪਰਤ ਜਾਂਦੇ ਐ ਸਮੱਸਿਆ ਤਾਂ ਵੱਡੇ ਸ਼ਹਿਰਾਂ ਦੀ ਐ ਮਹਾਨਗਰਾਂ ਦੀ ਜਿੱਥੇ ਦਿਨ ਤੇ ਰਾਤ ਕੋਈ ਫਰਕ ਨਹੀਂ ਸਮਝਿਆ ਜਾਂਦਾ ਪਿੰਡਾਂ 'ਚ ਲੋਕ 7-8 ਵਜੇ ਸੌਂ ਜਾਂਦੇ ਆ ਜਾਂ ਆਪਣੇ ਕੰਮਾਂ ਤੋਂ ਵਿਹਲੇ ਹੋ ਜਾਂਦੇ ਆ ਪਰ ਮਹਾਨਗਰ ਨਗਰਾਂ 'ਚ ਰਾਤ ਦੇ 10 ਵਜੇ ਇੱਕ ਖਾਸ ਵਰਗ ਦੇ ਲੋਕਾਂ ਦਾ ਦਿਨ ਚੜ੍ਹਦਾ ਹੈ ਡਰਾਈਵਰ ਦਿਨ ਰਾਤ ਖੱਟਦੇ ਆ ਜਿੱਥੇ ਦਿਨ ਰਾਤ ਕੋਹਲੂ ਦੇ ਬਲਦ ਵਾਂਗ ਕੰਮ ਕਰਕੇ ਮਸਾਂ ਘਰ ਤੁਰਦਾ ਉਥੇ ਡਰਾਈਵਰ ਦੀ ਛੁੱਟੀ ਦਾ ਦਿਨ ਚਾਵਾਂ ਤੇ ਖੇੜਿਆਂ ਵਾਲਾ ਨਹੀਂ ਹੁੰਦਾ ਉਹ ਤਾਂ ਰਾਤ ਵੇਲੇ ਮਿਲੇ ਕੁਝ ਘੰਟਿਆਂ ਦੇ ਵੇਲੇ ਨੂੰ ਹੀ ਪਰਿਵਾਰ ਨਾਲ ਸਾਂਝਾ ਕਰਨ ਚੁਗਾ ਨਹੀਂ ਰਹਿੰਦਾ ਇਹੋ ਜੇ ਮਹਾਨਗਰਾਂ ਚ ਇੱਕ ਟੈਕਸੀ ਡਰਾਈਵਰ ਨੇ ਘਰੋਂ ਬਾਰ-ਬਾਰ ਚਿੱਠੀਆਂ ਆਉਣ ਤੇ ਪਿੰਡੋਂ ਆਉਂਦੀ ਕਿਸੇ ਤੀਵੀ ਨਾਲ ਆਪਣੀ ਘਰ ਵਾਲੀ ਮੰਗਵਾ ਲਈ। ਬੜੀਆਂ ਸੱਦਰਾਂ ਲੈ ਕੇ ਉਹ ਆਈ। ਡਰਾਈਵਰ ਉਹਨੂੰ ਸਟੇਸ਼ਨ ਤੇ ਲੈ ਆਇਆ। ਅੰਡਾਣਗ ਵੰਡਣ ਨਾਲ ਜਾਣੂ ਹੋਈ ਡਰਾਈਵਰ ਚੁੱਲੇ ਚੌਂਕੇ ਦਾ ਜ਼ਰੂਰੀ ਸਮਾਨ ਖਰੀਦ ਲਿਆਇਆ। ਰਾਤ ਨੂੰ ਆਉਂਗਾ ਕਹਿ ਕੇ ਡਰਾਈਵਰ ਫੇਰ ਗੱਡੀ ਚਲਾਉਣ ਚਲਾ ਗਿਆ। 2 ਸਾਲਾਂ ਬਾਅਦ ਆਉਣ ਵਾਲੀ ਰਾਤ ਪਤਨੀ ਲਈ ਪਹਿਲੀ ਰਾਤ ਜਿੰਨਾ ਮਹੱਤਵ ਰੱਖਦੀ ਸੀ। ਕਦਮ ਮਜਨਬੀ ਸ਼ਹਿਰ ਤੇ ਰਾਤ ਅੱਧੇ ਹੁਣ ਟੱਪ ਚੱਲੇ ਉਹਦਾ ਦਿਲ ਘਟਣ ਲੱਗਾ ਬੂਹਾ ਖੜਕ ਕੇ ਖੋਲਿਆ ਤਾਂ ਡਰਾਈਵਰ ਦਿਨ ਭਰ ਦਾ ਥੱਕਿਆ ਆ ਭੰਨਿਆ ਸ਼ਰਾਬ ਦਾ ਰਜਿਆ ਮੰਜੇ ਤੇ ਆ ਡਿੱਗਾ ਘਰ ਵਾਲੀ ਨੂੰ ਉਹਨੇ ਪੁੱਛਿਆ ਡਰਤਾ ਨਹੀਂ ਲੱਗਿਆ ਇੱਕ ਤਸੱਲੀ ਜੀ ਨਾਲ ਘਰ ਵਾਲੀ ਰੋਟੀ ਲੈ ਆਈ ਜਦੋਂ ਰੋਟੀ ਖਾ ਹਟਿਆ ਭਾਂਡੇ ਮਾਂਜਣ ਬੈ ਗਈ ਵਿਹਲੀ ਹੋ ਕੇ ਧੜਕਦੇ ਦਿਲ ਨਾਲ ਕੋਲ ਆਈ ਤੇ ਡਰਾਈਵਰ ਵਿਚਾਰਾ ਕਦੋਂ ਦਾ ਸੌਂ ਚੁੱਕਿਆ ਸੀ ਉਹਨੇ ਇੱਕ ਦੋ ਵਾਰ ਹਿਲਾਉਣਿਆ ਉਹਨੇ ਜਾਗਿਆ ਇੱਕ ਦਿਨ ਦੋ ਦਿਨ ਤਿੰਨ ਦਿਨ ਗੱਲਾਂ-ਗੱਲਾਂ ਚ ਗਵੰਡਰ ਨਾਲ ਖੁੱਲ ਗਈ ਪੁਰਾਣੀ ਗਵੰਡਨ ਪਹਿਲਾਂ ਤਾਂ ਖੁੱਲ ਕੇ ਹਸੀ ਫਿਰ ਉਹਨੇ ਸਮਝਾਇਆ ਕਮਲਿਏ ਇੱਥੋਂ ਵਾਲੇ ਬੰਦੇ ਪਿੰਡਾਂ ਵਾਲਿਆਂ ਵਰਗੇ ਨਹੀਂ ਬਈ ਜੇ ਨਾ ਆਈ ਤਾਂ ਤੜਕੇ ਤਾਈ ਤਾਰੇ ਗਿਣੀ ਜਾਣਗੇ ਇੱਥੇ ਐਡੀ ਸਚਿਆਰੀ ਬਣਨ ਦੀ ਲੋੜ ਨਹੀਂ ਕੁੜੇ ਇੱਥੇ ਕਿਹੜੀ ਸੱਸ ਬੈਠੀ ਐ ਜਿਹਨੂੰ ਕੰਮ ਕਰਕੇ ਦਿਖਾਉਣਾ ਹੁਣ ਤੂੰ ਐ ਕਰੀ ਜਦੋਂ ਰੋਟੀ ਖਾ ਕੇ ਹਟੇ ਭਾਂਡੇ ਮੰਝੇ ਹੀਠਾ ਕਰਕੇ ਲੱਤਾਂ ਘੁੱਟਣ ਲੱਗ ਜੀ ਇਹਨਾਂ ਵੱਡੇ ਸ਼ਹਿਰਾਂ 'ਚ ਡਰਾਈਵਰ ਵੀ ਨਾ ਮਿਨਾ ਆਪਣੇ ਬੱਚਿਆਂ ਦੇ ਅਮੋ ਸਾਹਮਣੇ ਨਹੀਂ ਹੁੰਦੇ। ਸਵੇਰੇ ਜਦੋਂ 4 ਵਜੇ ਜਾਂਦੇ ਆ ਤਾਂ ਬੱਚੇ ਸੁੱਤੇ ਆ ਤੇ ਜਦੋਂ ਅੱਧੀ ਰਾਤ ਨੂੰ ਮੁੜਦੇ ਆ ਉਦੋਂ ਵੀ ਬੱਚੇ ਸੁੱਤੇ ਆ। ਕਿਸੇ ਛੁੱਟੀ ਵਾਲੇ ਦਿਨ ਵੀ ਅਜਿਹੇ ਬੱਚੇ ਆਪਣੇ ਪਿਓਾਂ ਕੋਲ ਇਉਂ ਸੰਗਦੇ ਆ ਜਿਵੇਂ ਘਰ ਚ ਆਏ ਨਵੇਂ ਮਹਿਮਾਨ ਕੋਲ ਜਾਣ ਤੋਂ ਸ਼ਰਮਾਉਂਦੇ ਆ। ਸਾਡੇ ਡਰਾਈਵਰਾਂ ਵਿੱਚ ਕੁਝ ਅਜਿਹੇ ਵੀ ਹੁੰਦੇ ਆ। ਜਦੋਂ ਇਹਨਾਂ ਨੂੰ ਵੇਲ ਜਾਂ ਛੁੱਟੀ ਮਿਲਦੀ ਆ ਉਦੋਂ ਉਹ ਨਾ ਪੀਣੀ ਆ ਜਾਂ ਜੂਆ ਖੇਡਣਾ ਆ ਜਾਂ ਤਾਸ਼ ਖੇਡਣੀ ਆ। ਇਹਨਾਂ ਗੱਲਾਂ ਨੂੰ ਛੱਡ ਕੇ ਉਹਨਾਂ ਕੋਲ ਛੁੱਟੀ ਨੂੰ ਮਾਨਣ ਦਾ ਹੋਰ ਕੋਈ ਸਾਧਨ ਨਹੀਂ ਹੁੰਦਾ ਜੇ ਉਹਨਾਂ ਨੂੰ ਪੁੱਛੀਏ ਵੀ ਤਾਂ ਆਖਣਗੇ ਹੋਰ ਕੀ ਕਰੀਏ ਛੁੱਟੀ ਹੈ ਕਦੇ ਵਾਸਤੇ ਪੈਸੇ ਨਾਲ ਲਿਜਾਣੇ ਪਰ ਕਈ ਬੜੇ ਸੌਹ ਤੇ ਸਮਝਦਾਰ ਡਰਾਈਵਰ ਵੀ ਹੈ ਜੇ ਉਹ ਖਾਂਦੇ ਪੀਂਦੇ ਵੀ ਹੈ ਤਾਂ ਇੱਕ ਸਲੀਕੇ ਨਾਲ ਉਹ ਆਪਣਾ ਬਾਲ ਬੱਚਾ ਵੀ ਪਾਲਦੇ ਹੈ ਪਿੱਛੇ ਆਪਣੇ ਪਰਿਵਾਰ ਨੂੰ ਵੀ ਅਣਗੌਲਿਆ ਨਹੀਂ ਕਰਦੇ ਛੁੱਟੀ ਵਾਲੇ ਦਿਨ ਬੱਚਿਆਂ ਨੂੰ ਘੁਮਾਉਂਦੇ ਹੈ ਕਦੇ ਸਿਨੇਮਾ ਦਿਖਾਉਂਦੇ ਹੈ ਜਾਂ ਘਰ ਰਹਿ ਕੇ ਘਰੇਲੂ ਕੰਮਾਂ 'ਚ ਹੱਥ ਵਟਾਉਂਦੇ ਹੈ ਇਹੋ ਜਿਹੇ ਚੰਗੇ ਡਰਾਈਵਰਾਂ ਨੂੰ ਸਾਡਾ ਪਾਈਚਾਰਾ ਬਖਸ਼ਦਾ ਨਹੀਂ ਹੈ ਜਿਹੜਾ ਨਿਤ ਸ਼ਰਾਬੀ ਰਹਿੰਦਾ ਹੋਵੇ ਨਾਲੀਆਂ 'ਚ ਡਿੱਗਦਾ ਫਿਰਦਾ ਹੋਵੇ ਉਹਨੂੰ ਕਹਿੰਦੇ ਆ ਉਹ ਰਾਜਾ ਬੰਦਾ ਹੈ ਦੂਜਿਆਂ ਨੂੰ ਓਏ ਉਹਨਾਂ ਦਾ ਕੀ ਨਾਂ ਲੈਣਾ ਸੌਲੇ ਦਾਲ ਪੀਣੇ ਚਾਹ ਪੀਣੇ ਮਾਰਵਾੜੀ ਜਾਂ ਪਾਣੀਏ ਵਰਗੇ ਲੇਬਲ ਚਿਪਕਾ ਦਿੱਤੇ ਜਾਂਦੇ ਆਂ ਸਾਲ ਜਾਂ 2 ਸਾਲ ਬਾਅਦ ਮਹੀਨੇ ਜਾਂ 2 ਮਹੀਨੇ ਦੀ ਛੁੱਟੀ ਕਰਕੇ ਡਰਾਈਵਰ ਜਦੋਂ ਪਿੰਡ ਚਲੇ ਜਾਂਦੇ ਆ ਤਾਂ ਉਹ ਤਿਆਰੀ ਵੀ ਵੇਖਣ ਵਾਲੀ ਹੁੰਦੀ ਹੈ ਇਹ ਚਾ ਆਪਣੀ ਜੰਝ ਚੜਨ ਵਰਗਾ ਹੁੰਦਾ ਹੈ ਨਵੇਂ ਕੱਪੜੇ ਨਵੀਂ ਜੁੱਤੀ ਨਵੀਂ ਪਗ ਕਈ ਵਾਰ ਤਾਂ ਅਸੀਂ ਉਹਨਾਂ ਨੂੰ ਲਿਬੜੇ ਤੇ ਹੱਥੋਂ ਕਾਲੇ ਮੈਲੇ ਕੱਪੜਿਆਂ 'ਚ ਵੇਖਣ ਤੇ ਐਨੇ ਆਦੀ ਹੋ ਜਾਂਦੇ ਆ ਕਿ ਨਵੇਂ ਕੱਪੜਿਆਂ 'ਚੋ ਸਿਆਣੇ ਨਹੀਂ ਜਾਂਦੇ ਸਾਥੀ ਬੇਲੀ ਤੁਰਨ ਵੇਲੇ ਬੋਤਲਾਂ ਖੋਲਦੇ ਐ ਤੇ ਆਪਣੇ ਪਿੰਡੀ ਸੁਨੇਹਾ ਹਾਂਦੀਆਂ ਪੰਡਾ ਬਣ ਕੇ ਫੜਾਉਂਦੇ ਐ ਗੱਡੀ ਵਿੱਚ ਲੀਆਂ ਰਾਤਾਂ ਤੇ ਪਿੰਡ 'ਚ ਬਤਾਏ ਦਿਨਾਂ ਦੀਆਂ ਯਾਦਾਂ ਹੀ ਡਰਾਈਵਰ ਦੇ ਜੀਵਨ 'ਚ ਸਭ ਤੋਂ ਕੀਮਤੀ ਤੇ ਪਿਆਰੀਆਂ ਯਾਦਾਂ ਹੁੰਦੀਆਂ ਜਿਨ੍ਹਾਂ ਸਹਾਰੇ ਉੱਪਰੀਆਂ ਅੱਖਾਂ ਨਾਲ ਪਰਿਵਾਰ ਕੋਲੋਂ ਵਿਛੜ ਕੇ ਫੇਰ ਮਹਾਨਗਰਾਂ ਵੱਲ ਮੂੰਹ ਕਰਦਾ ਤੇ ਖੁਦ ਦੀਆਂ ਟਿੰਡਾਂ ਦੇ ਗਦੀ ਘੇੜ ਚ ਆ ਫਸਦਾ ਹੈ ਘਰ ਦੀਆਂ ਤੰਗੀਆਂ ਥਮਲੇ ਓਲੇ ਅੱਖਾਂ ਚੋੜਕਾਂ ਦਾ ਤਰਸੇ ਵਾਂ ਲਈ ਖੜੀ ਨਾਰਵਲ ਵੀ ਜੀ ਪਰ ਕੇ ਨਹੀਂ ਵੇਖਣ ਦਿੰਦੀਆਂ ਦੋ ਸਾਲਾਂ ਬਾਅਦ ਪਿੰਡ ਗਿਆ ਇੱਕ ਡਰਾਈਵਰ ਦਿਨ ਚੜ੍ਹੇ ਤੱਕ ਬੇਫਿਕਰੀਆਂ ਦੀ ਨੀਂਦੇ ਸੁਤਾਰਿਆ ਘਰ ਚ ਸਭ ਤੋਂ ਛੋਟਾ ਬੱਚਾ ਬੜਾ ਹੈਰਾਨ ਹੋਇਆ ਸਭ ਆਪਣੇ ਆਪਣੇ ਕੰਮ ਹੀ ਧੰਦੇ ਲੱਗ ਗਏ ਸੀ ਪਹਿਲਾਂ ਤਾਂ ਇੰਨੀ देर ਤੱਕ ਘਰ ਇਸ ਘਰ ਚ ਕੋਈ ਨਹੀਂ ਸੀ ਸੌਂਦਾ ਇਹ ਕੀ ਗੱਲ ਹੈ ਇਹ ਕਿਉਂ ਨਹੀਂ ਉੱਠ ਰਿਹਾ ਕੌਣ ਹੈ ਇਹ ਤੇ ਬੱਚਾ ਆਪਣੀ ਤੋਤਲੀ ਜੁਬਾਨ ਜੁਬਾਨ ਨੂੰ ਪੁੱਛਦਾ ਬੀਬੀ ਆਪਣੇ ਘਲੇ ਕੇਲਾ ਭਾਈ ਸੁੱਤਾ ਪਿਆ ਤੇ ਦੋਸਤੋ ਢੇਟ ਦੀ ਭੁੱਖ ਸਾਨੂੰ ਆਪਣੇ ਵਿੱਚ ਵੀ ਕੇਲਾ ਭਾਈ ਬਣਨ ਲਈ ਮਜਬੂਰ ਕਰ ਦਿੰਦੀ ਹੈ ਧੰਨਵਾਦ